ਜੀ ਅੱਜ ਅਸੀਂ ਤੁਹਾਨੂੰ ਬਾਜ਼ਾਰ ਵਰਗਾ ਸੈਂਡਵਿਚ ਬਣਾ ਕੇ ਦਿਖਾਵਾਂਗੇ। ਪਹਿਲਾਂ ਇਸ ਨੂੰ ਕੰਢਿਆਂ ਤੋਂ ਕੱਟ ਲੈਣਾ। ਚਾਰੇ ਪਾਸੇ ਕੰਢੇ ਇਹਦੇ ਕੱਟ ਲੈਣੇ ਆ। ਚਾਰੇ ਪਾਸੇ ਕੰਢੇ ਕੱਟ ਕੇ ਅਤੇ ਇਸ ਨੂੰ ਅਸੀਂ ਸੈਂਡਵਿਚ ਜਿਹੜਾ ਬਣਾਉਣਾ ਹੈ ਉਹਦੇ ਵਿੱਚ ਅਸੀਂ ਖੀਰੇ, ਦੋ ਖੀਰੇ ਲਵਾਂਗੇ, ਇੱਕ ਪਿਆਜ਼, ਬਸ ਅਸੀਂ ਇੰਨਾ ਹੀ ਸਮਾਨ ਪਾਵਾਂਗੇ। ਤੁਸੀਂ ਗਾਜਰ ਵੀ ਪਾ ਸਕਦੇ ਹੋ, ਟਮਾਟਰ ਵੀ ਪਾ ਸਕਦੇ ਹੋ, ਬਸ ਅਸੀਂ ਇਹ ਦੋ ਚੀਜ਼ਾਂ ਨਾਲ ਬਣਾਵਾਂਗੇ। ਪਹਿਲਾਂ ਅਸੀਂ ਇਸ ਨੂੰ ਕੱਦੂਕਸ ਕਰ ਲਵਾਂਗੇ। ਕੱਦੂਕਸ ਕਰਨ ਨਾਲ ਬਰੀਕ ਹੋ ਜਾਂਦਾ ਆ। ਇਹਦੇ ਵਿੱਚ ਹੀ ਅਸੀਂ ਖੀਰਾ ਕਰ ਲਵਾਂਗੇ ਕੱਦੂਕਸ। ਆਹ ਹੁਣ ਕੱਦੂਕਸ ਕੀਤਾ ਸਮਾਨ, ਹੁਣ ਅਸੀਂ ਇਹਦੇ ਵਿੱਚ ਪਾ ਕੇ ਕੱਪੜੇ 'ਚ ਇਸ ਨੂੰ ਨਿਚੋੜ ਲਵਾਂਗੇ। ਚੰਗੀ ਤਰ੍ਹਾਂ ਨਿਚੋੜ ਲੈਣਾ ਇਹਨੂੰ, ਪਾਣੀ ਨਾ ਵਿੱਚ ਰਹੇ ਇਹਦੇ। ਬਸ ਪਾਣੀ ਵਿੱਚੋਂ ਨਿਕਲਿਆ, ਇੰਨਾ ਪਾਣੀ ਨਿਕਲਿਆ। ਚੰਗੀ ਤਰ੍ਹਾਂ ਨਿਚੋੜ ਕੇ ਨਿਚੋੜ ਲਿਆ ਸੀ, ਹੁਣ ਨਿਚੋੜ ਕੇ ਇਹਨੂੰ ਅਸੀਂ ਹੁਣ ਇਸ ਡੋਲੇ 'ਚ ਪਾ ਲਵਾਂਗੇ। ਡੋਂਕੇ 'ਚ ਪਾ ਕੇ
ਅਸੀਂ ਹੁਣ ਇਸ ਵਿੱਚ ਥੋੜ੍ਹੀ ਜਿਹੀ 2 ਚਮਚੇ ਕਰੀਮ ਦੇ ਪਾਵਾਂਗੇ। ਥੋੜ੍ਹਾ ਜਿਹਾ ਹਲਕਾ ਜਿਹਾ ਨਮਕ ਪਾਵਾਂਗੇ। ਹੁਣ ਅਸੀਂ ਇਹਨੂੰ ਰਲਾ ਲਵਾਂਗੇ। ਖੀਰੇ ਦਾ ਪਿਆਜ਼ ਪੇਸਟ ਤਿਆਰ ਹੋ ਗਿਆ ਆ। ਇਸਨੂੰ ਅਸੀਂ ਬ੍ਰੈਡ 'ਚ ਭਰ ਲਵਾਂਗੇ। ਚੰਗੀ ਤਰ੍ਹਾਂ ਆਲੇ ਦੁਆਲੇ ਕੋਨਿਆਂ ਤੱਕ ਇਸ ਨੂੰ ਭਰ ਲੈਣਾ ਆ, ਐਨ ਪੂਰਾ ਆ ਜਾਵੇ। ਇਸ ਦੇ ਉੱਪਰ ਦੂਸਰਾ ਰੱਖ ਦੇਣਾ ਆ। ਅਸੀਂ ਇੱਕ ਹੋਰ ਸੈਂਡਵਿਚ ਵਿੱਚ ਭਰਾਂਗੇ। ਅਸੀਂ ਖੀਰੇ ਜਿਹੜੇ 2 ਲਏ ਸੀ, 2 ਸੈਂਡਵਿਚ ਬਣੇ ਉਹਦੇ। ਇਹਦੇ ਉੱਪਰ ਫਿਰ ਰੱਖ ਦੇਵਾਂਗੇ। ਅਸੀਂ ਹੁਣ ਇਹਨੂੰ ਗੱਭਿਓ ਕੱਟ ਦੇਵਾਂਗੇ। ਸੈਂਡਵਿਚ ਬਣ ਕੇ ਸਾਡਾ ਤਿਆਰ ਹੋ ਗਿਆ। ਇੱਦਾਂ ਹੀ ਦੂਸਰਾ ਕਰਾਂਗੇ। ਘਰ ਹੀ ਤੁਸੀਂ ਸੌਖੇ ਤਰੀਕੇ ਨਾਲ ਸੈਂਡਵਿਚ ਬਣਾ ਸਕਦੇ ਆ। ਦੇਖੋ, ਅਸੀਂ ਬਹੁਤ ਸੌਖੇ ਤਰੀਕੇ ਨਾਲ ਸੈਂਡਵਿਚ ਬਣਾਇਆ ਆ। ਇਹ ਬਾਜ਼ਾਰ ਨਾਲੋਂ ਸਸਤਾ ਹੀ, ਲੋਕਡਾਊਨ 'ਚ ਤੁਸੀਂ ਘਰ ਵੀ ਬਣਾ ਸਕਦੇ ਆ। ਲੋਕਡਾਊਨ ਚੱਲ ਰਿਹਾ ਆ, ਇਸ ਲਈ ਆਹ ਸੈਂਡਵਿਚ ਸਾਡਾ ਬਣ ਕੇ ਤਿਆਰ ਹੋ ਗਿਆ ਆ। ਬਹੁਤ ਹੀ ਕਮ ਸਮਾਨ ਵਿੱਚ ਬਣਿਆ ਆ।